ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਲਈ ਚਿੰਤਤ ਅਤੇ ਸਿੱਖ ਕੌਮ ਦੇ ਭਵਿੱਖ ਲਈ ਚਿੰਤਤ ਜੁੜ ਬੈਠੀ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਂਝ ਮੈਨੂੰ ਅਮੈਰੀਕਾ ਆਇਆਂ ਨੂੰ 10 ਸਾਲ ਹੋ ਗਏ ਨੇ, ਪਰ ਈਸਟ ਕੋਸਟ ਆਉਣ ਦਾ ਮੈਨੂੰ ਜਿਹੜਾ ਸਬੱਬ ਹੈ ਉਹ ਬਹੁਤ ਘੱਟ ਬਣਦਾ ਹੈ ਮੇਰਾ। ਪਰ ਮੈਂ ਧੰਨਵਾਦੀ ਹਾਂ ਈਸਟ ਕੋਸਟ ਦੀ ਸਮੂਹ ਸੰਗਤ ਦੀ, ਜਿਨ੍ਹਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਹੈ ਕਿ ਮੈਂ ਸੰਗਤ ਦੇ ਰੂਬਰੂ ਹੋ ਸਕਾਂ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆ। ਅਸੀਂ ਅਰਦਾਸ ਕਰਦੇ ਹਾਂ, ਜਦੋਂ ਅਰਦਾਸ ਦੇ ਵਿੱਚ ਪਹਿਲਾਂ ਅਸੀਂ ਆਪਣੇ ਸਤਿਗੁਰਾਂ ਨੂੰ ਯਾਦ ਕਰਦੇ ਹਾਂ, ਉਸ ਤੋਂ ਬਾਅਦ ਅਸੀਂ 40 ਮੁਕਤਿਆਂ ਨੂੰ ਯਾਦ ਕਰਦੇ ਹਾਂ, ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਅਸੀਂ ਉਹਨਾਂ ਬੀਬੀਆਂ ਨੂੰ ਯਾਦ ਕਰਦੇ ਹਾਂ, ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਖ ਕੇ ਵੀ ਅਣਡਿੱਠ ਕੀਤਾ। ਇੱਕ ਅਰਦਾਸ ਦੇ ਵਿੱਚ ਜਿਹੜਾ ਇਹ ਸਭ ਤੋਂ ਪਹਿਲਾਂ ਉਹਨਾਂ ਨੂੰ ਯਾਦ ਕਰਨ ਦਾ ਇੱਕ ਤਰੀਕਾ, ਇੱਕ ਰੈਜ਼ਮੇ ਵਾਂਗੂ ਲੱਗਦਾ ਹੈ ਕਿ ਅਸੀਂ ਅਕਾਲ ਪੁਰਖ ਨੂੰ ਜਦੋਂ ਕੁਛ ਦਾਤਾਂ ਮੰਗਦੇ ਹਾਂ, ਸਤਿਗੁਰ ਤੋਂ ਬਹੁਤ ਕੁਛ ਮੰਗਦੇ ਹਾਂ, ਉਸ ਤੋਂ ਪਹਿਲਾਂ ਅਸੀਂ ਦੱਸਦੇ ਹਾਂ ਕਿ ਅਸੀਂ ਕਿਸ ਕੌਮ ਦੇ ਵਾਰਸ ਹਾਂ, ਸਾਡੀ ਬੈਕਗਰਾਉਂਡ ਕੀ ਹੈ, ਸਾਡੀਆਂ ਕ੍ਰੈਡੀਬਿਲਿਟੀਜ਼ ਕੀ ਹੈ, ਸਾਡੀ ਕੌਮ ਦੇ ਵਿੱਚ ਕੀ ਕੁਛ ਘਾਲਣਾ ਘਾਲੀ ਗਈ ਹੈ, ਉਹਦੇ ਸਦਕਾ ਅਸੀਂ ਸਤਿਗੁਰ ਤੋਂ ਮੰਗਦੇ ਹਾਂ। ਤਾਂ ਸਤਿਗੁਰ ਤੋਂ ਜਦੋਂ ਅਸੀਂ ਮੰਗਦੇ ਹਾਂ ਤਾਂ ਸਤਿਗੁਰ ਸਾਡੇ ਤੋਂ ਇੱਕ ਚੀਜ਼ ਤਾਂ ਮੰਗਦਾ ਹੈ ਕਿ ਅਸੀਂ ਅਖਵਾਈਏ ਤਾਂ ਗੁਰੂ ਦੇ ਸਿੱਖ। ਗੁਰੂ ਕੋਲ ਬਹੁਤ ਦਾਤਾਂ ਨੇ, ਗੁਰੂ ਕੋਲ ਅਸੀਂ ਦੁੱਧ ਮੰਗਦੇ ਹਾਂ, ਬੱਚੇ ਮੰਗਦੇ ਹਾਂ, ਅਸੀਂ ਹੋਰ ਖੁਸ਼ੀਆਂ ਮੰਗਦੇ ਹਾਂ, ਪਰ ਗੁਰੂ ਤੋਂ ਇੱਕ ਜਿਹੜੀ ਹੈ ਦਾਤ ਉਹ ਅਸੀਂ ਡਰਦੇ ਕਈ ਵਾਰ ਨਹੀਂ ਮੰਗਦੇ, ਉਹ ਸ਼ਹਾਦਤ ਦੀ ਦਾਤ ਹੈ। ਅਤੇ ਬਹੁਤ ਘੱਟ ਲੋਕਾਂ ਨੂੰ ਉਹ ਮਿਲਦੀ ਹੈ ਅਤੇ ਬਹੁਤ ਕਿਸਮਤ ਵਾਲੇ ਲੋਕਾਂ ਨੂੰ ਉਹ ਮਿਲਦੀ ਹੈ। ਅਸੀਂ ਬਹੁਤ ਰਿਣੀ ਹਾਂ ਅਤੇ ਅਸੀਂ ਐਜ਼ ਅ ਫੈਮਿਲੀ ਜਿਹੜੇ ਆ ਆਪਣੇ ਆਪ ਨੂੰ ਬਹੁਤ ਵਡਭਾਗੀ ਸਮਝਦੇ ਹਾਂ ਕਿ ਇਹ ਦਾਤ ਜਿਹੜੀ ਹੈ ਇਹ ਮੇਰੇ ਫਾਦਰ ਨੂੰ ਮਿਲੀ ਸੀ। ਇਹ ਗੱਲਾਂ ਮੇਰੇ ਫਾਦਰ ਨੇ ਆਪਣੀ ਜਿਹੜੀ ਕੈਨੇਡਾ ਦੀ ਸਪੀਚ ਦੇ ਵਿੱਚ ਕਹੀਆਂ ਸੀ। ਉਹਨਾਂ ਨੇ ਕਿਹਾ ਸੀ ਕਿ ਸਿੱਖ ਕੌਮ ਦੇ ਬਹੁਤ ਮਸਲੇ ਨੇ, ਅਸੀਂ ਸਾਰੇ ਇੱਥੇ ਡਾਇਸਪੋਰਾ ਦੇ ਵਿੱਚ ਆਏ ਹੋਏ ਹਾਂ, ਸਾਡੀਆਂ ਸਾਰੀਆਂ ਦੀਆਂ ਆਪਣੀਆਂ ਆਪਣੀਆਂ ਨਿੱਜੀ ਜਿਹੜੀਆਂ ਪ੍ਰੈਫਰੈਂਸਿਸ ਆ ਕਿ ਅਸੀਂ ਕਿਹੜੀ ਲੜਾਈ ਕਿਹੜੇ ਪਲੈਟਫਾਰਮ 'ਤੇ ਲੜਨਾ ਚਾਹੁੰਦੇ ਹਾਂ। ਮੈਂ ਇਸ ਚੀਜ਼ ਨੂੰ ਗਲਤ ਨਹੀਂ ਮੰਨਦੀ ਕਿ ਜੇ ਅਸੀਂ ਆਪੋ ਆਪਣੀਆਂ ਜਥੇਬੰਦੀਆਂ ਦੇ ਵਿੱਚ ਯਤਨਸ਼ੀਲ ਹਾਂ, ਇਹ ਸਾਡੇ DNA ਦੇ ਵਿੱਚ ਆ, ਸਾਡੀ ਜਿਹੜੀ ਐਕਟਿਵਿਜ਼ਮ ਆ ਉਹ ਸਾਡੇ DNA ਦੇ ਵਿੱਚ ਆ, ਪਰ ਕੁਛ ਮੁੱਦੇ ਸਾਡੇ ਐਸੇ ਹੋਣੇ ਚਾਹੀਦੇ ਆ ਕਿ ਜਿਹੜੇ ਸਾਡੀ ਕੌਮ ਨੂੰ ਇੱਕ ਪਲੈਟਫਾਰਮ 'ਤੇ ਇਕੱਠਾ ਕਰਨ। ਅਤੇ ਮਨੁੱਖੀ ਹੱਕਾਂ ਦਾ ਮੁੱਦਾ ਜਿਹੜਾ ਹੈ, ਜਿਹੜਾ ਜਦੋਂ ਸਿੱਖ ਕੌਮ ਜਦੋਂ ਖਾਲਸੇ ਨੂੰ ਸਾਜਿਆ ਗਿਆ ਸੀ ਤਾਂ ਖਾਲਸੇ ਨੂੰ ਮਨੁੱਖੀ ਹੱਕਾਂ ਦੀ ਰਾਖੀ ਕਰਨ ਲਈ ਸਾਜਿਆ ਗਿਆ ਸੀ, ਨਾ ਸਿਰਫ ਆਪਣੇ ਪਰ ਸਾਰੀ ਦੁਨੀਆ ਦੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਲਈ ਸਾਜਿਆ ਗਿਆ ਸੀ। ਪਰ ਅੱਜ ਜੋ ਹਾਲਾਤ ਸਾਡੇ ਸਾਹਮਣੇ ਨੇ, ਅਸੀਂ ਆਪਣੇ ਹੀ ਮਨੁੱਖੀ ਹੱਕ ਜਿਹੜੇ ਉਹ ਨਹੀਂ ਬਚਾ ਪਾ ਰਹੇ, ਅਸੀਂ ਆਪਣੇ ਹੀ ਮਨੁੱਖੀ ਹੱਕਾਂ ਨੂੰ ਜਸਟੀਫਾਈ ਨਹੀਂ ਕਰ ਪਾ ਰਹੇ, ਤਾਂ ਅਸੀਂ ਬਾਕੀ ਦੁਨੀਆ ਦੇ ਮਨੁੱਖੀ ਹੱਕਾਂ ਦੀ ਗੱਲ ਕਿਵੇਂ ਕਰਾਂਗੇ। ਜਸਵੰਤ ਸਿੰਘ ਖਾਲੜਾ ਦੇ ਹਿੱਸੇ ਕੌਮੀ ਲੜਾਈ ਜਿਹੜੀ ਬਹੁਤ ਵੱਡੀ ਆ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਆਇਆ ਸੀ ਉਹ ਮਨੁੱਖੀ ਹੱਕਾਂ ਦਾ ਸੀ, ਅਤੇ ਇਸ ਹਿੱਸੇ ਨੂੰ ਹੀ ਉਹਨਾਂ ਨੇ ਜਿਹੜਾ ਹੈ ਉਹ ਅੱਗੇ ਵਧਾਇਆ। ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਪੰਜਾਬ ਦੇ ਵਿੱਚ ਜੋ ਲਾਵਾਰਸ ਲਾਸ਼ਾਂ ਦੀ ਗੱਲ ਸੀਗੀ, ਮੇਰੇ ਤੋਂ ਪਹਿਲਾਂ ਬਹੁਤ ਹੀ ਸੂਝਵਾਨ ਅਤੇ ਬਹੁਤ ਹੀ ਐਕਸਪੀਰੀਅੰਸਡ ਜਿਹੜੇ ਬੁਲਾਰੇ ਬੋਲ ਕੇ ਗਏ ਆ, ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਜਾਂ ਭਾਰਤ ਦੇ ਵਿੱਚ ਜਿਹੜੇ ਆ ਬਹੁਤ ਤਰ੍ਹਾਂ ਦੇ ਹਿਊਮਨ ਰਾਈਟਸ ਵਾਇਲੇਸ਼ਨ ਹੁੰਦੇ ਆ,
ਅਤੇ ਉਹਦੇ ਵਿੱਚੋਂ ਇੱਕ ਛੋਟਾ ਜਿਹਾ ਮਸਲਾ ਸੀ ਜਿਹੜਾ ਲਾਵਾਰਸ ਲਾਸ਼ਾਂ ਦਾ ਸੀਗਾ। ਬਹੁਤ ਕਤਲੋਗਾਰਤ ਹੋਈ ਹੈ ਪਰ ਦੁਨੀਆ ਦੇ ਲੋਕ, ਦੁਨੀਆ ਦੇ ਪੜ੍ਹੇ ਲਿਖੇ ਲੋਕ ਇਤਬਾਰ ਨਹੀਂ ਕਰਦੇ ਜਦੋਂ ਅਸੀਂ ਸਟੇਜਾਂ ਤੋਂ ਜਾ ਕੇ ਕਹਿੰਦੇ ਹਾਂ ਕਿ ਅਬਾਊਟ 2 ਮਿਲੀਅਨ ਮਾਰਤਾ, ਅਬਾਊਟ 3 ਮਿਲੀਅਨ ਮਾਰਤਾ। ਲੋਕ ਫੈਕਟ ਮੰਗਦੇ ਆ, ਲੋਕ ਫਿਗਰਾਂ ਮੰਗਦੇ ਆ। ਅਤੇ ਪੰਜਾਬ ਦੇ ਵਿੱਚ ਜਿਹੜੀ ਗੱਲ, ਜਿਹੜੀ ਗਾਥਾ ਜਸਵੰਤ ਸਿੰਘ ਖਾਲੜਾ ਨੇ ਪਾਈ ਸੀ ਉਹ ਸਿਰਫ ਅਤੇ ਸਿਰਫ ਲਾਵਾਰਸ ਲਾਸ਼ਾਂ ਦੀ ਸੀ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਲਾਵਾਰਸ ਕਰਾਰ ਦੇ ਕੇ ਸਾੜ ਦਿੱਤੇ ਗਏ ਸੀ। ਉਹਦੇ ਤੋਂ ਕਿਤੇ ਜ਼ਿਆਦਾ ਲਾਸ਼ਾਂ ਦਰਿਆਵਾਂ ਦੇ ਵਿੱਚ ਰੋੜੀਆਂ ਗਈਆਂ ਸੀ। ਜਸਵੰਤ ਸਿੰਘ ਖਾਲੜਾ ਦੀ ਆਪਣੀ ਲਾਸ਼ ਵੀ ਦਰਿਆ ਦੇ ਵਿੱਚ ਰੋੜੀ ਗਈ ਸੀ। ਸੋ ਸਾਡੇ ਕੌਮ ਦੀ ਇਹ ਤ੍ਰਾਸਦੀ ਹੈ ਕਿ ਸਾਡੇ ਕੋਲ ਅੱਜ ਤੱਕ ਉਹਨਾਂ ਲਾਸ਼ਾਂ ਦੇ ਹਿਸਾਬ ਵੀ ਨਹੀਂ ਨੇ। ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਉਹਨਾਂ ਦੇ ਆਪਣੇ ਘਰੋਂ ਚੱਕਿਆ ਗਿਆ। 9 ਸਤੰਬਰ 1995 ਨੂੰ ਜਿਹੜੀ ਹੈ ਖਾਲੜਾ ਮਿਸ਼ਨ, ਜਾਂ ਜਿਹੜੇ ਉਸ ਵੇਲੇ ਜਸਵੰਤ ਸਿੰਘ ਖਾਲੜਾ ਦੇ ਨਾਲ ਕੰਮ ਕਰਦੇ ਸੀ ਹਿਊਮਨ ਰਾਈਟਸ ਦੇ, ਅਤੇ ਮੇਰੇ ਮਦਰ, ਇਹਨਾਂ ਨੇ ਉੱਥੋਂ ਦੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਜਿਹੜਾ ਜਸਵੰਤ ਸਿੰਘ ਨੂੰ ਚੱਕਣ ਦਾ, ਅਤੇ ਉਹਨਾਂ ਨੂੰ ਕਿਉਂ ਚੱਕਿਆ ਗਿਆ, ਉਹਨਾਂ ਨੇ ਕਿਹੜੀ ਗੱਲ ਕੀਤੀ ਸੀ ਜਿਹਦੇ ਕਰਕੇ ਉਹਨਾਂ ਨੂੰ ਚੱਕਿਆ ਗਿਆ, ਉਹ ਸੁਪਰੀਮ ਕੋਰਟ ਦੇ ਵਿੱਚ ਪਾਇਆ। ਉਹ ਕੇਸ ਜਿਹੜਾ ਹੈ ਉੱਥੋਂ ਦੀਆਂ ਅਦਾਲਤਾਂ ਦੇ ਵਿੱਚ ਟੋਟਲ 18 ਸਾਲ ਚੱਲਿਆ। ਪਰ ਉਸ ਕੇਸ ਦੇ ਵਿੱਚ ਹਲੇ ਤਾਈਂ ਅਸੀਂ ਸਿਰਫ ਇੱਕ ਖਾਲੜਾ ਕੇਸ ਜਾਂ ਕੁਛ ਚੁਣਿੰਦੇ ਕੇਸ ਜੋ ਪੰਜਾਬ ਦੇ ਵਿੱਚ ਹੈ ਉਹਨਾਂ ਦੀ ਹੀ ਗੱਲ ਪਾ ਸਕੇ ਹਾਂ। ਅਸੀਂ 24 ਸਾਲ ਜਸਵੰਤ ਸਿੰਘ ਖਾਲੜਾ ਦੇ ਚੱਕੇ ਜਾਣ ਤੋਂ ਬਾਅਦ ਦੇ ਟਾਈਮ ਦੀ ਗੱਲ ਕਰਦੀ ਹਾਂ, ਉਸ ਤੋਂ ਪਹਿਲਾਂ ਤੋਂ ਅਸੀਂ ਜਿਹੜਾ ਇਹ ਸੰਤਾਪ ਭੋਗ ਰਹੇ ਹਾਂ। 24 ਸਾਲ ਅਸੀਂ ਜਿਹੜਾ ਪੰਜਾਬ ਅਤੇ ਇੰਡੀਆ ਦੇ ਜਿਹੜੇ ਸਿਆਸੀ ਲੋਕਾਂ ਦੇ ਮੂੰਹ ਵੱਲ ਦੇਖਦੇ ਰਹੇ ਕਿ ਇਹ ਕਦੋਂ ਇਨਸਾਫ ਕਰਨਗੇ, ਕਿਉਂਕਿ ਇਨਸਾਫ ਇਕੱਲਾ ਕੋਰਟਾਂ ਕਚਹਿਰੀਆਂ ਦੇ ਵਿੱਚ ਨਹੀਂ ਹੁੰਦਾ। ਜਦੋਂ ਤੱਕ ਸਰਕਾਰਾਂ ਜਿਹੜੀਆਂ ਹੈ ਉਹ ਇੱਕ ਸਿਸਟਮ ਨਹੀਂ ਬਣਾ ਦਿੰਦੀਆਂ ਇਨਸਾਫ ਕਰਨ ਦਾ, ਉਦੋਂ ਤੱਕ ਇਨਸਾਫ ਨਹੀਂ ਮਿਲਦਾ। 1998 ਦੇ ਵਿੱਚ ਅਸੀਂ ਇੱਕ ਇੰਡੀਪੈਂਡੈਂਟ ਜਿਹੜਾ ਕਮਿਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ ਵਿੱਚ ਰਿਟਾਇਰਡ ਜੱਜ ਸੁਪਰੀਮ ਕੋਰਟ ਦੇ ਉਹ ਜਸਟਿਸ ਕੁਲਦੀਪ ਸਿੰਘ, ਉਹਨਾਂ ਨੂੰ ਸੱਦਿਆ ਗਿਆ ਸੀ। ਉਹਦੀਆਂ 1-2 ਤਰੀਕਾਂ ਵੀ ਚੰਡੀਗੜ੍ਹ ਦੇ ਵਿੱਚ ਪੈ ਗਈਆਂ ਸੀ, ਪਰ ਉਸ ਸਮੇਂ ਦੀ ਮੌਜੂਦਾ ਸਰਕਾਰ ਜੋ ਸੀ ਸਰਦਾਰ ਬਾਦਲ ਦੀ, ਉਹਨਾਂ ਨੇ ਉਹ ਕਮਿਸ਼ਨ ਵੀ ਬੰਦ ਕਰ ਦਿੱਤਾ। ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਇੱਕ ਪਾਸੇ ਦੋ ਰਵਾਇਤੀ ਪਾਰਟੀਆਂ ਨੇ, ਅਤੇ ਜੇ ਇੱਕ ਪਾਸੇ ਇੱਕ ਪਾਰਟੀ ਨੇ ਸਾਡੇ ਕਤਲਾਂ ਦੀ ਜਿਹੜੀ ਆ ਉਹ ਆਰਡਰ ਦਿੱਤੇ ਸੀ, ਤਾਂ ਦੂਜਿਆਂ ਨੇ ਉਹਦੇ ਬਾਰੇ ਕੋਈ ਵੀ ਇਨਕੁਆਇਰੀ ਜਿਹੜੀ ਆ ਹੋਣ ਤੋਂ ਬੰਦ ਕਰ ਦਿੱਤੀ ਸੀ। ਜਸਵੰਤ ਸਿੰਘ ਖਾਲੜਾ ਨੇ ਆਪਣਾ ਸਿਆਸੀ ਸਫ਼ਰ ਜਿਹੜਾ ਉਹਦੇ ਵਿੱਚ ਬਹੁਤ ਫੇਸ ਸੀ ਉਹਨਾਂ ਦੇ। ਉਹ ਪਹਿਲਾਂ ਜਿਹੜਾ ਹੈ ਉਹ ਸਟੂਡੈਂਟ ਯੂਨੀਅਨਾਂ ਦੇ ਵਿੱਚ ਵੀ ਰਹੇ ਆ, ਨਕਸਲਾਈਟ ਮੂਵਮੈਂਟ ਦੇ ਵਿੱਚ ਵੀ ਰਹੇ ਆ, ਦਮਨ ਵਿਰੋਧੀ ਫਰੰਟ ਦੇ ਵਿੱਚ ਵੀ ਰਹੇ ਆ, ਫਿਰ ਉਹ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਵਿੱਚ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਦੋਂ ਇਕੱਠੇ ਹੋਏ ਆ ਉਹਦੇ ਹਿਊਮਨ ਰਾਈਟਸ ਵਿੰਗ ਦੇ ਜਿਹੜੇ ਉਹ ਜਨਰਲ ਸੈਕਟਰੀ ਰਹੇ। ਜੋ ਪਾਰਟੀ ਅੱਜ ਇੱਕ ਪਰਿਵਾਰ ਦੀ ਨਿੱਜੀ ਜਿਹੜੀ ਆ ਉਹ ਪ੍ਰੋਪਰਟੀ ਬਣ ਕੇ ਰਹਿ ਗਈ। ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਵੀ ਡੈਮੋਕ੍ਰੇਸੀ ਲਿਆਉਣ ਦੀ ਲੋੜ ਹੈ। ਅੱਜ ਜੋ ਖਡੂਰ ਸਾਹਿਬ ਦੀ ਸੀਟ ਹੈ, ਖਡੂਰ ਸਾਹਿਬ ਦੀ ਸੀਟ, ਸਾਡਾ ਕੋਈ ਨਿੱਜੀ ਸਵਾਰਥ ਇਹ ਨਹੀਂ ਹੈ ਕਿ ਅਸੀਂ MP ਬਣਨਾ ਚਾਹੁੰਦੇ ਹਾਂ। ਅਸੀਂ ਪੰਜਾਬ ਦੀ ਸਿਆਸਤ ਜੋ ਹੈ ਉਹਨੂੰ ਮੋੜਾ ਦੇਣਾ ਚਾਹੁੰਦੇ ਹਾਂ, ਤਾਂ ਕਿ ਮੁੱਦੇ ਜੋ ਪੰਜਾਬ ਦੇ ਆ, ਜੋ ਅੱਜ ਤੁਸੀਂ ਬਾਕੀ ਸੀਟਾਂ ਦੇ ਵਿੱਚ ਦੋਵੇਂ ਰਵਾਇਤੀ ਪਾਰਟੀਆਂ ਦੇ ਦੀਆਂ ਜਿਹੜੀਆਂ ਮੈਨੀਫੈਸਟੋਜ਼ ਆ, ਜਾਂ ਦੋਵੇਂ ਰਵਾਇਤੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਦੇ ਗੱਲਾਂ ਦੇ ਵਿੱਚੋਂ ਪੰਜਾਬ ਦੇ ਮੁੱਦੇ ਜਿਹੜੇ ਆ ਉਹ ਗਾਇਬ ਨੇ। ਅਸੀਂ ਚਾਹੁੰਦੇ ਹਾਂ ਕਿ ਅਸੀਂ ਵਾਰ ਵਾਰ ਜਿਹੜਾ ਹੈ ਇਹ ਮੁੱਦੇ ਉਠਾਈਏ, ਕਿਉਂਕਿ ਮਨੁੱਖੀ ਹੱਕਾਂ ਦੀ ਗੱਲ ਜਾਂ ਪੰਜਾਬ ਦੀ ਜਿਹੜੀ ਲਾਸ਼ਾਂ ਦੀ ਗੱਲ ਹੈ ਜਾਂ ਘਾਣ ਦੀ ਗੱਲ ਹੈ, ਉਹ ਸਿਰਫ ਅਤੇ ਸਿਰਫ ਉਹਨਾਂ ਦਹਾਕਿਆਂ ਦੇ ਵਿੱਚ ਖਤਮ ਨਹੀਂ ਹੋਈ, ਉਹ ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਜਿਹੜੀ ਆ ਉਹ ਸਾਡੇ ਸਾਹਮਣੇ ਆ ਰਹੀ ਹੈ।
ਇੱਕ ਵਰਲਡ ਵਾਰ 2 ਦੇ ਵਿੱਚ ਇੱਕ ਬੜੀ ਫੇਮਸ ਪੋਇਮ ਆ, ਉਹਦਾ ਮੈਂ ਪੰਜਾਬੀ 'ਚ ਹੀ ਤਰਜਮਾ ਕਰੂੰਗੀ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਹੈ ਉਹ ਸੋਸ਼ਲਿਸਟਾਂ ਨੂੰ ਮਾਰਿਆ, ਮੈਂ ਇਸ ਲਈ ਚੁੱਪ ਸਾਂ ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸੀ। ਉਸ ਤੋਂ ਬਾਅਦ ਉਹਨਾਂ ਨੇ ਟ੍ਰੇਡ ਯੂਨੀਅਨਿਸਟਾਂ ਨੂੰ ਮਾਰਿਆ, ਮੈਂ ਇਸ ਲਈ ਚੁੱਪ ਸਾਂ ਕਿਉਂਕਿ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸੀ। ਉਸ ਤੋਂ ਬਾਅਦ ਉਹਨਾਂ ਨੇ ਯਹੂਦੀਆਂ ਨੂੰ ਮਾਰਿਆ, ਮੈਂ ਇਸ ਲਈ ਚੁੱਪ ਸਾਂ ਕਿਉਂਕਿ ਮੈਂ ਯਹੂਦੀ ਨਹੀਂ ਸੀ। ਉਸ ਤੋਂ ਬਾਅਦ ਉਹ ਮੈਨੂੰ ਮਾਰਨ ਆਏ, ਪਰ ਉਸ ਵਕਤ ਤੱਕ ਕੋਈ ਹੋਰ ਬਚਿਆ ਹੀ ਨਹੀਂ ਸੀ ਜੋ ਮੇਰੇ ਬਾਰੇ ਬੋਲੇ। ਸੋ ਇਹ ਸਾਡੀ ਤ੍ਰਾਸਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਸਤਿਗੁਰਾਂ ਦੀ ਸਰਬ ਸਾਂਝੀ ਵਾਲਤਾ ਦਾ ਜੋ ਸਿਧਾਂਤ ਹੈ, ਅਸੀਂ ਚੁੱਪ ਬੈਠੇ ਰਹਿੰਦੇ ਹਾਂ ਜਦੋਂ ਕਿਸੇ ਦੂਜੀ ਧਿਰ ਜਾਂ ਦੂਜੀ ਬਰਾਦਰੀ ਜਾਂ ਦੂਜੀ ਕੌਮ ਦੇ ਨਾਲ ਕੋਈ ਵੀ ਮੁਸ਼ਕਲ ਦੀ ਘੜੀ ਆਉਂਦੀ ਹੈ। ਪਰ ਇਹ ਯਾਦ ਰੱਖਿਓ ਕਿ ਕਿਸੇ ਵੇਲੇ ਨਕਸਲਾਈਟ ਮੂਵਮੈਂਟ ਜਦੋਂ ਉਦੋਂ ਵੀ ਸਰਕਾਰਾਂ ਨੇ ਉਦੋਂ ਵੀ ਮੁੰਡੇ ਮਾਰੇ, ਉਸ ਤੋਂ ਬਾਅਦ ਜਿਹੜੀ ਸਿੱਖ ਲਹਿਰ ਆਈ ਹੈ ਉਦੋਂ ਵੀ ਮੁੰਡੇ ਮਾਰੇ, ਉਸ ਤੋਂ ਬਾਅਦ ਜੋ ਪੰਜਾਬ ਨੂੰ ਨਸ਼ਿਆਂ ਦੀ ਅੱਗ ਦੇ ਵਿੱਚ ਝੋਕ ਦਿੱਤਾ ਗਿਆ, ਇਹ ਵੀ ਇੱਕ ਸੋਚੀ ਸਮਝੀ ਪੋਲੀਟੀਕਲ ਸਾਜ਼ਿਸ਼ ਹੈ। ਤੁਹਾਨੂੰ ਸਭ ਨੂੰ ਪਤਾ ਹੈ ਕਿ ਨਸ਼ੇ ਜਿਹੜੇ ਆ ਉਹ ਐਡਮਿਨਿਸਟ੍ਰੇਸ਼ਨ ਅਤੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਸਪੋਰਟ ਤੋਂ ਬਿਨਾਂ ਨਹੀਂ ਚੱਲ ਸਕਦੇ। ਪਰ ਅੱਜ ਜੋ ਸਾਡੇ ਸਟੇਜਾਂ ਦੇ ਉੱਤੇ ਇੱਕ ਦੂਜੇ 'ਤੇ ਸਿਰਫ ਤੌਮਤਬਾਜ਼ੀ ਇਸ ਗੱਲ 'ਤੇ ਲਾਈ ਜਾ ਰਹੀ ਹੈ ਕਿ ਕਿਹਦੇ ਰਾਜ ਦੇ ਵਿੱਚ ਵੱਧ ਨਸ਼ੇ ਵਿਕੇ ਸੀ, ਕੋਈ ਇਸ ਗੱਲ ਬਾਰੇ ਵਿਚਾਰ ਨਹੀਂ ਕਰ ਰਿਹਾ ਕਿ ਨਸ਼ੇ ਬੰਦ ਕਿਵੇਂ ਕਰਨੇ ਆ, ਕੋਈ ਇਸ ਗੱਲ ਬਾਰੇ ਵਿਚਾਰ ਨਹੀਂ ਕਰ ਰਿਹਾ ਕਿ ਸਾਡੇ ਛੋਟੇ ਕਿਸਾਨੀ ਜਿਹੜੀ ਹੈ, ਛੋਟੇ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਵੱਲ ਨੂੰ ਵੱਧ ਰਹੇ ਨੇ, ਅਤੇ ਉਹਨਾਂ ਦਾ ਅਸੀਂ ਕਿਵੇਂ ਜਿਹੜਾ ਹੈ ਬਚਾਅ ਕਰਨਾ ਹੈ। ਸੋ ਇਹ ਸਾਰੇ ਮਸਲੇ ਸਾਡੇ ਸਾਂਝੇ ਨੇ, ਇਹ ਕਿਸੇ ਪਾਰਟੀ ਦਾ ਮਸਲਾ ਨਹੀਂ, ਇਹ ਪੰਜਾਬ ਦਾ ਮਸਲਾ ਹੈ। ਸੋ ਮੇਰੀ ਬੇਨਤੀ, ਜਿਹੜੀ ਡਾਇਸਪੋਰਾ ਦਾ ਬੜਾ ਰੋਲ ਹੁੰਦਾ ਹੈ, ਜੇ ਅਸੀਂ ਗਦਰੀ ਬਾਬਿਆਂ ਦਾ ਇਤਿਹਾਸ ਵੀ ਦੇਖ ਲਈਏ ਤਾਂ ਗਦਰੀ ਬਾਬਿਆਂ ਨੇ ਇੱਥੋਂ ਜਿਹੜੀ ਲੜਾਈ ਦਿੱਤੀ ਸੀ ਅਤੇ ਉਹ ਪਿੱਛੇ ਪੰਜਾਬ ਨੂੰ ਲੈ ਕੇ ਗਏ ਸੀ। ਜੇ ਅਸੀਂ ਡਾਇਸਪੋਰਾ ਦੇ ਵਿੱਚ ਬੈਠੇ ਉੱਥੇ ਲੋਕਾਂ ਨੂੰ ਮੋਟੀਵੇਟ ਕਰ ਸਕੀਏ, ਇੱਥੇ ਸਾਨੂੰ ਪਤਾ ਲੱਗਦਾ ਕਿ ਸਾਡੇ ਹੱਕ ਕੀ ਨੇ, ਸਾਡੀਆਂ ਕੀ ਜਿਹੜੀਆਂ ਜ਼ਰੂਰਤਾਂ ਹੈ ਉਹ ਸਰਕਾਰ ਨੇ ਪੂਰੀਆਂ ਕਰਨੀਆਂ ਹੁੰਦੀਆਂ। ਉੱਥੋਂ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਵੀ ਵਾਂਝਿਆਂ ਕਰ ਦਿੱਤਾ ਗਿਆ ਹੈ ਕਿ ਤੁਹਾਡੇ ਹੱਕ ਕੀ ਨੇ। ਉੱਥੋਂ ਦੇ ਲੋਕਾਂ ਨੂੰ ਆਟੇ ਦਾਲ ਦੀ ਸਕੀਮ 'ਤੇ ਲਾ ਕੇ ਜਿਹੜਾ ਅੱਜ ਉਹ ਪੰਜਾਬ ਦੇ ਵਿੱਚ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਗਿਆ ਹੈ। ਸੋ ਉਹਨਾਂ ਨੂੰ ਜਾਗਰੂਕ ਕਰਨਾ, ਉਹਨਾਂ ਨੂੰ ਐਜੂਕੇਟ ਕਰਨਾ, ਇਹ ਸਾਡੇ ਉੱਤੇ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ। ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹੈ, ਸ਼ਹੀਦ ਕਿਸੇ ਪਰਿਵਾਰ ਦੀ ਪਰਸਨਲ ਪ੍ਰੋਪਰਟੀ ਨਹੀਂ ਹੁੰਦੇ। ਮੇਰੇ ਫਾਦਰ ਸਾਹਿਬ ਨੇ ਪਰਿਵਾਰ ਲਈ ਸ਼ਹੀਦੀ ਨਹੀਂ ਸੀ ਦਿੱਤੀ, ਉਹਨਾਂ ਨੇ ਕੌਮ ਲਈ ਸ਼ਹੀਦੀ ਦਿੱਤੀ ਸੀ, ਉਹਨਾਂ ਨੇ ਮਨੁੱਖੀ ਹੱਕਾਂ ਦੇ ਲਈ ਸ਼ਹੀਦੀ ਦਿੱਤੀ ਸੀ। ਅੱਜ ਜਸਵੰਤ ਸਿੰਘ ਖਾਲੜਾ ਤੋਂ ਇੰਸਪਾਇਰ ਹੋ ਕੇ ਮਣੀਪੁਰ, ਕਸ਼ਮੀਰ ਅਤੇ ਹੋਰ ਕਈ ਥਾਵਾਂ 'ਤੇ ਜਿਹੜੇ ਯੰਗ ਵਕੀਲ ਬੱਚੇ ਨੇ ਉਹ ਉੱਠ ਕੇ ਉਵੇਂ ਹੀ ਡਿਸਪੇਰੈਂਸਿਸ ਅਤੇ ਉਵੇਂ ਹੀ ਅਨਕਲੇਮਡ ਬੋਡੀਜ਼ ਨੂੰ ਜਿਹੜਾ ਆ ਉਹ ਇਨਵੈਸਟੀਗੇਟ ਕਰ ਰਹੇ ਨੇ। ਸੋ ਇਹ ਇੱਕ ਜਿਹੜਾ ਦੀਵਾ ਹੈ ਜੋ ਜਸਵੰਤ ਸਿੰਘ ਖਾਲੜਾ ਜਗਾ ਕੇ ਗਏ ਸੀ ਅਤੇ ਇੱਕ ਰੌਸ਼ਨੀ ਜੋ ਉਹ ਪੈਦਾ ਕਰਕੇ ਗਏ ਸੀ, ਸਾਡੀ ਸਾਰਿਆਂ ਦੀ ਜਿਹੜੀ ਮਨੁੱਖੀ ਹੱਕਾਂ ਦੇ ਪੱਖੀ ਸੋਚ ਰੱਖਣ ਵਾਲੇ ਅਤੇ ਸਪੈਸ਼ਲੀ ਖਾਲਸਾ ਪੰਥ ਦੀ, ਸਿੱਖ ਕੌਮ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹ ਸ਼ਮਾ ਜਿਹੜੀ ਆ ਉਹ ਜਗਦੀ ਰੱਖੀਏ ਅਤੇ ਪੰਜਾਬ ਦੇ ਮੁੱਦਿਆਂ 'ਤੇ ਅਸੀਂ ਇੱਕ ਮੁੱਠ ਹੋ ਕੇ ਇਕੱਠੇ ਹੋਈਏ। ਕਿਸੇ ਵੀ ਪਾਰਟੀ ਜਾਂ ਕਿਸੇ ਵੀ ਤੁਸੀਂ ਫਲਸਫੇ ਨੂੰ ਮੰਨਦੇ ਹੋ, ਪਰ ਜੋ ਪੰਜਾਬ ਹੈ ਉਸ ਨੂੰ ਅੱਜ ਬਚਾਉਣ ਦੀ ਲੋੜ ਹੈ। ਅਤੇ ਖਡੂਰ ਸਾਹਿਬ ਦੀ ਸੀਟ ਤੋਂ ਸਾਡੇ ਲਈ ਇਹ ਫੈਸਲਾ ਲੈਣਾ ਕਿ ਜਿਹੜਾ ਅਸੀਂ ਇਲੈਕਸ਼ਨ ਦੇ ਵਿੱਚ ਆਉਣਾ ਹੈ, ਕਿਉਂਕਿ ਸਿਆਸੀ ਜਿਹੜਾ ਸਾਡਾ ਵਾਹ ਰਿਹਾ ਹੈ ਉਹ ਐਜ਼ ਅ ਐਕਟਿਵਿਸਟ ਰਿਹਾ, ਅਸੀਂ ਸਿਆਸਤਦਾਨਾਂ ਨੂੰ ਜਾਣਿਆ, ਅਸੀਂ ਸਿਆਸਤਦਾਨਾਂ ਦੇ ਨਾਲ ਭਿੜੇ ਵੀ ਹਾਂ, ਪਰ ਅੱਜ ਤੱਕ ਅਸੀਂ ਚੋਣ ਪਿੜ ਦੇ ਵਿੱਚ ਨਹੀਂ ਸੀ ਆਏ। ਪਰ ਜਦੋਂ 24 ਸਾਲਾਂ ਤੱਕ ਕਿਸੇ ਵੀ ਪਾਰਟੀ ਨੇ
ਜਿਹੜੀ ਉਹ ਬੰਦ ਹੀ ਕਰ ਦਿੱਤੀ ਪੰਜਾਬ ਦੀ ਗੱਲ ਕਰਨੀ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ, ਤਾਂ ਸਾਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਆਪ ਇਸ ਮੈਦਾਨ ਦੇ ਵਿੱਚ ਉਤਰੀਏ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ 24 ਸਾਲ ਜਸਵੰਤ ਸਿੰਘ ਖਾਲੜਾ ਦੇ ਚੱਕੇ ਜਾਣ ਤੋਂ ਬਾਅਦ ਵੀ ਇੱਥੇ ਕੋਈ ਗੱਲ ਨਹੀਂ ਹੋਈ ਅਤੇ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚੋਂ ਪੰਜਾਬ ਦਾ ਮੁੱਦਾ ਇਹਨਾਂ ਨੇ ਟੋਟਲੀ ਗਾਇਬ ਕਰ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਜੋ ਵੀ ਡਾਇਸਪੋਰਾ ਦੇ ਵਿੱਚ ਤੁਸੀਂ ਕਿਤੇ ਵੀ ਕਿੱਥੋਂ ਦੇ ਵੀ ਪੰਜਾਬ ਦੇ ਕਿਸੇ ਵੀ ਸੂਬੇ ਦੇ ਵਿੱਚੋਂ ਆਏ ਹੋ, ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਜਾਂ ਫਿਰ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਜਾਂ ਦੂਸਰੇ ਮੀਡੀਆ ਦੇ ਥਰੂ ਲੋਕਾਂ ਨੂੰ ਅਵੇਅਰ ਕਰੋ ਕਿ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਪੰਜਾਬ ਦੇ ਵਿੱਚ ਇੱਕ ਤੀਜੀ ਧਿਰ ਕਾਇਮ ਕਰਨੀ, ਜੋ ਇੱਕ ਸੁਹਿਰਦ ਜਿਹੜੀ ਧਿਰ ਹੋਵੇ ਜਿਹੜੀ ਪੰਜਾਬ ਦੇ ਮਸਲਿਆਂ ਨੂੰ ਪੰਜਾਬ ਦੇ ਵਿੱਚ ਵੀ ਅਤੇ ਨੈਸ਼ਨਲ ਲੈਵਲ ਦੇ ਉੱਤੇ ਵੀ ਜਿਹੜੀ ਆ ਉਹ ਉਠਾ ਸਕੇ। ਸੋ ਇਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਰੋਲ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਪਰਿਵਾਰ ਦਾ ਹੀ ਰੋਲ ਹੋਊਗਾ ਜਾਂ ਇੱਕ ਪਾਰਟੀ ਦਾ ਹੀ ਰੋਲ ਹੋਊਗਾ, ਇਸ ਦੇ ਵਿੱਚ ਹਰ ਬੰਦਾ ਜੋ ਪੰਜਾਬ ਦੇ ਲਈ ਸੋਚਦਾ ਹੈ, ਪੰਜਾਬ ਦੀ ਬਿਹਤਰੀ ਲਈ ਸੋਚਦਾ ਹੈ, ਉਹਨਾਂ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਅਤੇ ਆਪੋ ਆਪਣੀ ਜਿਹੜੀ ਤੁਸੀਂ ਜ਼ਿੰਮੇਵਾਰੀ ਉਹ ਸਮਝੋ ਅਤੇ ਉਹ ਨਿਭਾਓ। ਬਸ ਇੰਨੀ ਕਹਿੰਦੀ ਜੀ।